ਕੰਪਿਊਟਰ ਤੇ ਆ ਗਿਆ ਨੈਵਰ ਐਵਰ ਕਦੇ ਵੀ ਦੁੱਖ ਹੋਇਆ ਮੈਨੂੰ
ਫਿਰ ਮੈਂ ਚਿੱਠੀ ਲਿਖੀ ਮੈਡਮ ਸਪੀਕਰ ਦੇ ਨਾਮ ਆਪਦੇ ਲੈਟਰ ਪੈਡ। ਮੈਂ ਮੈਡਮ ਦੇ ਕਮਰੇ 'ਚ ਚਲਾ ਗਿਆ ਲੰਚ ਵੇਲੇ। ਮੈਂ ਕਿਹਾ ਮੈਡਮ ਕੱਲ੍ਹ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦ ਦਿਵਸ ਹੈ, ਸ਼ਰਧਾਂਜਲੀ ਦਿਓ ਉਹਨਾਂ ਨੂੰ ਕੱਲ੍ਹ। ਕਹਿੰਦੇ ਪਹਿਲਾਂ ਤਾਂ ਕਦੇ ਹੋਇਆ ਹੀ ਨਹੀਂ। ਮੈਂ ਕਿਹਾ ਜੀ ਮੈਂ ਕਰੋ ਨਾ, ਨੌਕਰੀ ਦਾ ਤਿਆਰੀ ਪਹਿਲਾਂ ਕਿਉਂ ਨਹੀਂ ਹੋਇਆ। ਚਲੋ ਕੋਈ ਨਹੀਂ, ਪਹਿਲਾਂ ਵਾਲੇ ਤੁਹਾਨੂੰ ਰੈਕੀਆਂ ਹੋ ਗਈਆਂ ਸਾਡੇ ਜਿਹੜੀ ਭੇਜੀ ਨੇ ਜਿੱਤ ਕੇ, ਤੁਸੀਂ ਕਰੋ ਫਿਰ ਵੀਰੋ। ਉਹ ਕਹਿੰਦੇ ਵੀ ਦੋ ਕਿਸਮ ਦੀਆਂ ਦਿੱਕਤਾਂ ਨੇ। ਮੈਂ ਕੀ ਕਹਿੰਦੇ, ਇੱਕ ਤਾਂ ਆਂਧਰਾ ਪ੍ਰਦੇਸ਼ ਵਾਲੇ ਰੌਲਾ ਪਾ ਰਹੇ ਨੇ, ਉਹ ਆ ਜਾਂਦੇ ਨੇ ਪਹਿਲੇ 'ਚ ਮੋਦੀ ਦੇ ਖਿਲਾਫ, ਇੱਧਰ ਮੋਦੀ ਦੇ ਹੱਕ ਵਾਲੇ ਬੀ ਜੇ ਪੀ ਵਾਲੇ ਉਹਨਾਂ ਦੇ ਹੱਕ। ਮੈਨੂੰ ਤਾਂ ਅੱਧੇ ਮਿੰਟ ਦੇ ਵਿੱਚ ਪਾਰਲੀਮੈਂਟ ਚੱਕਣੀ ਪੈਂਦੀ ਹੈ। ਮੈਂ ਆਂਧਰਾ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ, ਮੈਂ ਉਹਨਾਂ ਨੂੰ ਰੋਕ ਲਊਂਗਾ, ਨਹੀਂ ਆਉਂਦੇ ਉਹ। ਮੇਰੇ ਦੋਸਤ ਵੀ ਨੇ, ਉਹ ਫੈਨ ਵੀ ਨੇ ਮੇਰੇ। ਕਹਿੰਦੇ ਓਕੇ ਬੀ ਜੇ ਪੀ ਵਾਲੋਂ ਕੋਲ ਮੈਂ ਥੋੜ੍ਹਾ ਡਾਂਟ ਲਊਂਗੀ। ਮੈਂ ਕਿਹਾ ਠੀਕ ਹੈ, ਚਲੋ ਲਿਖ ਕੇ ਦੇ। ਕਹਿੰਦੇ ਫਿਰ ਕੀ ਲਿਖਣਾ ਰਿਕਾਰਡ 'ਤੇ ਕੀ ਚੜ੍ਹਨਾ ਵੀ। ਉਹ ਮੈਂ ਲਿਖ ਕੇ ਦਿੱਤਾ ਕਿ 27 ਦਸੰਬਰ 1705 ਈਸਵੀ ਨੂੰ ਸੂਬਾ ਸਰਹੰਦ ਨੇ ਬਾਬਾ ਜ਼ੋਰਾਵਰ ਸਿੰਘ 9 ਸਾਲ, ਬਾਬਾ ਫਤਿਹ ਸਿੰਘ 6 ਸਾਲ ਦੀ ਉਮਰ 'ਚ ਸਰਹੰਦ ਦੇ ਉਹਨਾਂ ਨੂੰ ਸ਼ਰਧਾਂਜਲੀ ਦਿਓ। ਮੈਂ ਨਾਲ ਲੈ ਗਿਆ ਉਹਨੂੰ ਸਟੋਰੀ ਹੀ ਸੁਣਾ ਦਿੱਤੀ ਵੀ ਵੱਡੇ ਸਾਹਿਬਜ਼ਾਦਿਆਂ ਦੀਆਂ ਅੱਖਾਂ 'ਚ ਹਾਂਜੀ। ਸੋ ਤਾਂ ਛੋਟਿਆਂ ਨੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਡਰ ਗਏ ਹੋ ਮੌਤ ਤੋਂ? ਤਾਂ ਵੱਡੇ ਸਾਹਿਬਜ਼ਾਦੇ ਕਹਿੰਦੇ ਮੌਤ ਤੋਂ ਨਹੀਂ ਡਰਿਆ, ਮੈਨੂੰ ਤੇਰੇ ਬਾਰੇ ਸੋਚ ਕੇ ਭੁਲਾਉਂਦੇ ਨੇ ਕਿ ਤੁਸੀਂ ਦੁਨੀਆ 'ਤੇ ਆਏ ਤਾਂ ਮੇਰੇ ਕੋਲ ਬਾਅਦ ਸੀ, ਪਰ ਜਾਊਂਗੇ ਮੇਰੇ ਨਾਲੋਂ ਪਹਿਲਾਂ, ਕਿਉਂਕਿ ਛੋਟੇ ਸੀ ਨਾ, ਫਿਰ ਗਰਦਨ ਤੱਕ ਖੰਘ ਛੇਤੀ ਪਹੁੰਚ ਜਾਣੀ। ਮੈਡਮ ਨੇ ਇਹ ਗੱਲ ਵੀ ਉੱਥੇ ਬੋਲੀ। ਅਗਲੇ ਦਿਨ ਮੈਂ ਆਂਧਰਾ ਵਾਲਿਆਂ ਨੂੰ ਮਨਾ ਲਿਆ, ਮੈਂ ਕਿਹਾ ਵੀ ਤੁਸੀਂ ਜਾਇਓ ਨਾ ਯਾਰ, ਦੋ ਤਿੰਨ ਮਿੰਟ ਨਾ ਜਾਇਓ, ਬੀ ਜੇ ਪੀ ਵਾਲੇ ਆਉਣਗੇ ਆਈ ਜਾਣ, ਮੈਡਮ ਆਪੇ ਉਹਨਾਂ ਨੂੰ ਠੀਕ ਕਰ ਲਊਗੀ। ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਰਧਾਂਜਲੀ ਹੈ, ਇੱਕ ਵਾਰੀ ਰਿਕਾਰਡ 'ਤੇ ਚੜ੍ਹ ਗਈ, ਸਾਰੀ ਉਮਰ ਲਈ ਫਿਰ ਹਮੇਸ਼ਾ ਬਣੂਗੀ, ਫਿਰ ਕਿਸੇ ਨੂੰ ਕੁਛ ਕਰਨ ਦੀ ਲੋੜ ਨਹੀਂ। ਵੀ ਉਹ ਕਹਿੰਦੇ ਠੀਕ ਹੈ ਮਾਨ ਸਾਹਿਬ, ਆਪ ਸਪੋਰਟ ਕਰੇਗੀ, ਤੁਸੀਂ ਆਪ ਵੀ ਹਮਾਰੀ ਸਪੋਰਟ ਕਰਦੇ ਰਹਿੰਦੇ ਹੈ। ਤਾਂ ਉਹ ਨਹੀਂ ਗਏ। 27 ਦਸੰਬਰ ਨੂੰ ਸਕੂਨ ਮਿਲਿਆ ਮੈਨੂੰ ਉਦੋਂ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਰਿਕਾਰਡ 'ਤੇ ਚਲੀ ਗਈ। ਹੁਣ ਸਾਰੀ ਉਮਰ ਜਦੋਂ ਤੱਕ ਦੁਨੀਆ ਕਹਿ ਮੈਂ 27 ਦਸੰਬਰ ਨੂੰ ਕਿਸੇ ਨੂੰ ਕੋਈ ਅਰਜ਼ੀ ਦੇਣ ਦੀ ਲੋੜ ਨਹੀਂ, ਰਿਕਾਰਡ 'ਤੇ ਚੜ੍ਹਵਾ ਦੀ। ਹਾਂ, ਅੱਜ ਤੋਂ 200 ਸਾਲ ਬਾਅਦ ਵੀ 27 ਦਸੰਬਰ ਆਊਗੀ, ਆਪਾਂ ਨਹੀਂ ਹੋਵਾਂਗੇ। ਤਾਂ ਪਾਰਲੀਮੈਂਟ 'ਚੋਂ ਪਹਿਲਾਂ ਸ਼ਰਧਾਂਜਲੀ ਦੇ ਕੇ ਫਿਰ ਲੋਕ ਸਭਾ ਸ਼ੁਰੂ ਹੋਇਆ ਕਰੂੰਗੀ। ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਸਪੀਕਰ ਮੈਡਮ ਸੁਮਿਤਰਾ ਮਹਾਜਨ ਨੂੰ ਮੰਗ ਪੱਤਰ ਪ੍ਰਵਾਨ ਮੰਗ ਵੱਲੋਂ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਭਾਰਤ ਦੀ ਸੰਸਦ ਨੇ ਪਹਿਲੀ ਵਾਰ ਸਾਂਝਾ ਕੀਤਾ। ਇਸ ਮੌਕੇ ਸੰਸਦ ਵਿੱਚ ਪ੍ਰਵਾਨ ਮੰਗ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਕੁਰਬਾਨੀ ਕੋ ਯਾਦ ਕਰਤੇ ਹੋਏ ਸ਼ਰਧਾ ਔਰ ਸ਼ਰਧਾਂਜਲੀ ਕਾ ਸੰਦੇਸ਼ ਦਿਆ ਜਾਏ, ਤਾਂ ਕਿ ਆਨੇ ਵਾਲੀ ਪੀੜ੍ਹੀ ਕੋ ਉਨਕੀ ਇਸ ਬੇਮਿਸਾਲ ਕੁਰਬਾਨੀ ਕੀ ਯਾਦ ਰਹੇ ਔਰ ਉਨਕੀ ਇਸ ਕੁਰਬਾਨੀ ਕੋ ਦੇਸ਼ ਨਮਨ ਕਰਤਾ ਰਹੇ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਮੈਡਮ ਸੁਪੀਕਰ ਗੱਲ ਕਰ ਰਹੇ ਸਨ, ਤਾਂ ਕੁਝ ਸੰਸਦ ਮੈਂਬਰ ਪਰਿਵਾਰ ਪਾਪਾ ਵੀ ਸਨ। ਬੀਜੇਪੀ ਮੈਡਮ ਸਪੀਕਰ ਨੇ ਇਹਨਾਂ ਸੰਸਦ ਮੈਂਬਰਾਂ ਨੂੰ ਤਾੜਿਆ ਅਤੇ ਦੱਸਿਆ ਕਿ ਉਹ ਕਿਹਨਾਂ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੀ ਹੈ। ਬੜੇ ਬੱਚੋ ਕੇ ਆਪ ਮੇ ਆਸੂ ਕੇ ਪੁੱਛਾ ਗਿਆ ਕਿ ਤੁਮ
के साथ धैर्य के साथ उन्होंने अपना बलिदान दिया है और इसलिए पूरे देश की संवेदना ही नहीं पूरा देश इसमें सम्मिलित है कि ऐसे कई लोगों के जो बलिदान हुए हैं इसको देश भूल नहीं सकता है। इसलिए मैंने कहा पूरा सदन साथ में है इन बात बोले सोनिहार जो दोष वाले पैदा होंगे ने पहली गल सही रौला पीर कौन पा रहे ने बीजेपी आंध्रा तो मैं रोक लेती बीजेपी वाले बीजेपी की कितने साझ है अकालिया नाल चंदू माजरा ब्राह्मणपुरा है जी अपना सारे उत्तर है क्यों क्यों निकला इन्होंने असल च भी इन्होंने झंडे से ना बाणी है गुरु की ना गुरु के साहबजादे ने ना ना गुरु ने ना लोग ने इन्होंने झंडे से कले बस आपके धियां पुत्र ने बस ऐसे ही भगत सिंह कराया भाई 23 मार्च में मैं था भगत सिंह का मैं होर तरीके ने कराया 22 मार्च में फिर कर लिया मैं कंप्यूटर फिर नहीं हैगी श्रद्धांजलि मैं बंगाल आए नाल लै गया मेरे दोस्त ने लड़ाके ने मेरे वागू पैंती ने वो ममता बनर्जी वाले वो छोड़ 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 आएंगे मुझे श्रद्धांजलि देते है ना पांच मैं केजरीवाल ले गया मैडम कल रौला पऊ इत प्रधानमंत्री कन के नक ना सुनने पे ने धारसी शौक पूरे करने कोका कोई बालिया सोना लिखा लिखना पैदा कहने भी सोना लिखा किन्ना लिखे कोई दिल की मरीज नहीं बैठी 23.5 किलो हां जी एफिडेविट कही डॉक्टर ने दस ना घटना बात राजा बोलू ये भी नहीं 23.5 किलो साधे पठरा च गोहा नहीं हो गोहा तो कहने के बोले जो कुछ गोहा मांगे ना मैं जा रही है साधे पिछवाने करे दाने नहीं हुए इतने जिन्हें सुना नहीं करते सोनू कितों है अपने साढ़े जवाकों की सिरी पढ़ाई खाते है सोना आंदा फिर साढ़े बजुर्गों के इलाज नहीं सिरी दवाई खाते है सोना आंदा फिर नकली सप्रे कंपनियों समझौते करके साड़िया फसल खाते है सोना आंदा फिर चिट्टे वाले व्यापारियों ने हिस्सा पा के साड़िया नस्लों खाते है सोना आंदा फिर आ फर्क ताइयों कहते हैं भगवान मान रोक लो सारा कुछ दसी जाता वो कि रोक लो मैं
ਮੈਨੂੰ ਤਾਂ ਬੜੀ ਖੁਸ਼ੀ ਹੋਈ। 5 ਸਾਲ ਤੱਕ ਮੈਂ ਇੰਜਣ ਬੰਨ ਕੇ ਚੱਕਰ ਪਾਈ ਜਾਂਦਾ ਸੀ, ਹੈਂਡਲ ਦਾ ਚੱਕਰ ਤਾਂ ਪਾਇਆ ਕਿ ਟੱਸ ਧੋ ਲਿਆ ਤੁਸੀਂ, ਟੱਸ ਨਹੀਂ ਛਿੜਦੇ ਸੀ ਤੁਸੀਂ, ਟੱਸ ਢੁੱਕਦਾ ਨਹੀਂ ਸਟਾਰਟ ਹੋਊਗਾ। ਮੈਂ ਤੁਹਾਨੂੰ ਕਹੀ ਜਾਂਦਾ ਨਹੀਂ ਸਵਾਲ ਪੁੱਛਿਆ ਕਰੋ ਓਏ, ਅੰਗਰੇਜ਼ੀ ਮੀਡੀਆ ਵੀ ਲਿਖ ਰਿਹਾ, BBC ਨੇ ਵੀ ਕਿਹਾ ਕਿ ਭਗਵੰਤ ਮਾਨ ਨੇ ਹਿੰਮਤ ਭਰੀ ਹੈ ਨੌਜਵਾਨਾਂ 'ਚ, ਇਕੱਲੇ ਪੰਜਾਬ ਤੋਂ MPਾਂ ਦੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਦੀਆਂ ਵੀਡੀਓ ਆ ਰਹੀਆਂ ਨੇ, ਹੋਰ ਮੁਲਕ 'ਚ ਕਿਤੋਂ ਨਹੀਂ ਆ ਰਹੀਆਂ। ਆਹ ਫਰਕ ਹੈ ਜੀ। ਹੁਣ ਤੁਸੀਂ ਦੇਖ ਲਓ ਉਹ ਟਰੱਕ ਜਿੰਨੀਆਂ ਵਿਹਲਾਂ ਕਰਦੇ ਜਿਹੀਆਂ ਕਰਦੇ ਸਾਰੇ, ਕਿੰਨੇ ਕਲੀਨਰ, ਕਿੰਨੇ ਡਰਾਈਵਰ, ਕਿੰਨੇ ਮਾਲਕ, ਢਾਬਿਆਂ ਵਾਲੇ, ਪੈਂਚਰਾਂ ਵਾਲੇ, ਮਿਸਤਰੀਆਂ ਦੁਕਾਨਾਂ, ਲੇਬਰ ਵਾਲੇ, ਨਹੀਂ ਕਰਦੇ। ਉਹ ਘਰ ਘਰ ਰੋਜ਼ਗਾਰ ਦਾ ਕੀ ਦੇਣਾ ਸੀ ਜਿਹੜਾ ਸਾਡੇ ਹੀ ਲਿਫਟ ਜ਼ਿਲ੍ਹੇ ਕਿਤੇ ਰੋਜ਼ਗਾਰ ਦੇ ਬੋਲੇ ਆ। ਮੈਨੇ ਟੁੱਟ ਟੁੱਟ ਲੈ ਗਿਆ ਆਪਣੇ ਘਰੇ, ਬਾਂਹ ਫੜ ਕੇ ਕਹਿੰਦਾ ਆਈ ਪੁੱਤ ਦੇਖੀ, ਦੋ ਟਰੱਕ ਖੜੇ ਇੱਟਾਂ 'ਤੇ ਪੈਰ ਲਾਏ ਹੋਏ, ਇੱਕ ਇੱਧਰਲੇ ਪਾਸੇ ਕਹਿੰਦੇ ਕਹਿੰਦੇ ਦੋ ਤਣੀਆਂ ਕੱਪੜੇ ਸੁੱਕਣੇ ਪਾਉਣ ਵਾਸਤੇ ਲੱਗੀਆਂ, ਰੋਣ ਲੱਗ ਗਿਆ ਕਹਿੰਦਾ 15 ਲੱਖ ਰੁਪਇਆ ਕੱਪੜੇ ਸੁੱਕਣੇ ਪਾਉਣ ਵਾਲੇ ਤਣੀਆਂ 'ਤੇ ਲੱਗ ਗਿਆ, ਤਣੀਆਂ ਵੜ ਗਏ। ਇਹਨਾਂ ਨੂੰ ਕੋਈ ਫਿਕਰ ਹੈ ਨਹੀਂ, ਹੁਣ ਕੀ ਕਰਦੇ ਨੇ ਉਹਨਾਂ ਨੇ, ਉਹਨਾਂ ਨੇ ਗੰਨੇ ਵਾਲਿਆਂ ਨੇ ਜੇ ਟਰੱਕ ਵਾਲਿਆਂ ਨੇ ਗੱਡੀਆਂ ਲੈ ਲਈਆਂ ਨੋਵਾ, ਉੱਥੇ ਸਪੀਕਰ ਲਵਾ ਦੇ, ਇਹਨਾਂ ਦਾ ਪ੍ਰੋਗਰਾਮ ਪੜ੍ਹ ਲੈਂਦੇ ਨੇ ਫੇਸਬੁੱਕ 'ਤੇ ਵੀ ਕਿੱਥੇ ਕਿੱਥੇ ਜਾਣਗੇ, 18 ਦਿਹੋਰੀ 'ਤੇ ਲੇਵਲ 'ਤੇ ਲਾਉਂਦਾ ਮੁੰਡਾ, ਉਹਦੇ ਮਾਗਰ ਮਾਗਰ ਫਿਰਦੇ ਨੇ ਝੱਲੀਆਂ ਨਹੀਂ, ਐਂ ਕਰਦੇ ਨੇ ਗਲੀ 'ਚ ਕੋਈ ਸਾਨੂੰ ਚਿੱਠੀਆਂ ਝੰਡੀਆਂ ਲੈ ਕੇ ਆਪਦੇ ਪਿੰਡ ਦੀ ਜੂਹ ਤੋਂ ਆਪਦਾ ਤੇਲ ਮਚਾ ਕੇ ਮੋਟਰਸਾਈਕਲਾਂ ਵਾਲੇ ਆਪਦੇ ਪਿੰਡ 'ਚ ਸਤਿਕਾਰ ਨਾਲ ਲੈ ਕੇ ਜਾਂਦੇ ਨੇ ਕਿ ਆ ਜਾ ਬਾਈ ਉੱਥੇ ਪ੍ਰੋਗਰਾਮ ਰੱਖਿਆ, ਤੇ ਇਹਨਾਂ ਨੂੰ ਖਾਲੀਆਂ ਝੰਡੀਆਂ ਵਾਲੇ ਮਾਗਰ ਲਾ ਕੇ ਪਿੰਡ ਦੀ ਜੂਹ ਟਪਾ ਕੇ ਮੈਨੂੰ ਬੜਾ ਨਜ਼ਾਰਾ ਹੁੰਦਾ, ਮੈਂ ਕਿਹਾ ਚਲੋ ਯਾਰ ਇੰਜਣ ਸਟਾਰਟ ਹੋ ਗਿਆ, ਹੁਣ ਮੇਰਾ ਭਾਰ ਹੌਲਾ ਹੋ ਗਿਆ, ਠੀਕ ਹੈ ਨਾ। ਸੋ ਵੀਰੋ ਇਹ ਇਹਨਾਂ ਦੀਆਂ ਕਰਤੂਤਾਂ ਨੂੰ ਝੰਡੀਆਂ ਦਿਖਾ ਰਹੇ ਨੇ, ਕਾਲੀਆਂ ਕਰਤੂਤਾਂ ਦੀਆਂ ਕਾਲੀਆਂ ਝੰਡੀਆਂ। ਸੋ ਹਲਕਾ ਬਹੁਤ ਵੱਡਾ, ਮੈਂ ਤੁਹਾਨੂੰ ਸਾਰੇ ਸਮੇਂ ਸ਼ਾਇਦ ਨਾ ਜਾਇਆ ਜਾਵੇ, ਤੁਸੀਂ ਆਪ ਹੀ ਬਣ ਜਾਓ ਜਾਂ ਸਾਰੇ ਭਗਵੰਤ ਮਾਨ ਆਪ ਹੀ ਕੇਜਰੀਵਾਲ ਬਣ ਜਾਓ। ਆਹੋ ਕੇਜਰੀਵਾਲ ਵੀ 13 ਤਰੀਕ ਨੂੰ ਆ ਰਿਹਾ ਇੱਥੇ ਆਪਣਾ ਖਨੌਰੀ ਤੋਂ ਸ਼ੁਰੂ ਕਰਨਗੇ, ਉੱਧਰ ਦਿੱਲੀ ਆਉਣਗੇ, ਖਨੌਰੀ, ਮੋਨਕ, ਲਹਿਰਾ, ਉਹਦੇ ਬਾਅਦ ਜਿੱਥੇ ਪਰਸਨਾਮ, ਚੀਮਾ, ਲੌਂਗੋਵਾਲ, ਧਨੌਲਾ, 13 ਤਰੀਕ ਨੂੰ ਤਪਾ, ਬਰਨਾਲਾ, ਨੀਤੇ ਘਰੇ ਠਹਿਰ ਜਾਣਗੇ, ਅਤੇ ਫਿਰ ਉਹ ਤੋਂ ਬਾਅਦ ਤੜਕੇ ਮੁੱਖ ਮੰਤਰੀ ਦਿੱਲੀ ਦਾ ਬਰਨਾਲੇ ਦੇ ਲੋਕਾਂ ਨਾਲ ਤੜਕੇ ਪਾਰਕਾਂ 'ਚ ਸੈਰ ਕਰੂਗਾ। ਤੁਸੀਂ ਕਦੇ ਮੁੱਖ ਮੰਤਰੀ ਨਾਲ ਸੈਰ ਕੀਤੀ ਹੈ? ਆਪਣੇ ਵਾਲਾ 11:20 ਦੇ ਦੁਪਹਿਰੇ ਇਹਦੀ ਮੁੱਛਾਂ ਵਾਲੀ ਘਾਟੀ ਖੁੱਲਦੀ ਹੈ, 11:55 ਤੇ ਇਹਦੀ ਦਾੜੀ ਵਾਲੀ ਘਾਟੀ ਖੁੱਲਦੀ ਹੈ, ਫਿਰ 20-25 ਮਿੰਟਾਂ 'ਚ ਜਾਲੀ ਚੜਾਉਂਦੇ ਨੇ, ਜਾਲੀ ਚੜਾਈ, ਫਿਰ ਉਸ ਤੋਂ ਬਾਅਦ 3-4 ਜਣੇ 20-25 ਮਿੰਟਾਂ 'ਚ ਪਜਾਮੀ ਚੜਾਉਂਦੇ, ਉਹ ਕਸ ਦਿਓ ਇਹਨੇ ਜੇ ਤੁਸੀਂ 25 ਮਿੰਟ ਕਰ ਦੇਣਾ। ਕਿਉਂਕਿ ਮੀਤ ਦਾ ਹਲਕਾ ਬੱਚਾ ਬਹੁਤ ਜ਼ਿਆਦਾ ਅੱਛਾ, ਮੈਂ ਮੋਟਰਸਾਈਕਲਾਂ ਸਾਰੀ ਬੇਨਤੀ ਕਰਦਾ, ਆਪਣੇ ਆਖਰੀ ਜਿਹੜੇ ਪ੍ਰੋਗਰਾਮ ਨੇ ਤਿੰਨ ਵੀ ਪੁੱਛਿਆ ਬਰਨਾਲੇ, ਚਾਰ ਇਹਨੇ ਸ਼ਹਿਰ 'ਚ, ਆਪਾਂ ਸ਼ਹਿਰ 'ਚ ਨਾਲ ਜਾਣਾ, ਜਿੰਨੇ ਚਿਰ 9:59 ਸਪੀਕਰ ਨਹੀਂ ਬੰਦ ਕਰਦਾ ਇਹ ਭੱਕੜ ਨੇ ਅੱਜ ਮੇਰੇ, ਮੈਂ ਇਹਨਾਂ ਦਾ ਬੱਲਵਾਂ, ਜਿਸਨੂੰ ਮੈਂ ਜਾਣਾ ਉਹਨੂੰ ਹੋ ਗਿਆ, ਫਿਰ ਉਹਨਾਂ ਵਾਲੇ ਬੱਲਵਾਂ ਦੇ ਸੱਚ ਬਾਜ ਨੇ ਬੱਲਾਂ ਕਿਵੇਂ ਕਰ ਦਿੰਦੇ ਨੇ। ਹਾਂ ਬਰਨਾਲੇ ਸੋਚੇ ਤੱਕ ਰਹਿਣਾ ਤਾਂ ਕਿ ਪਤਾ ਲੱਗੇ ਲੋਕਾਂ ਨੂੰ, ਸ਼ਹਿਰ ਵਾਲੇ ਲੋਕਾਂ ਨੂੰ ਪਤਾ ਲੱਗੇ ਕਿ ਹਨੇਰੀਆਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਉੱਠੀਆਂ ਹੋਈਆਂ ਨੇ। ਬਹੁਤ ਬਹੁਤ ਧੰਨਵਾਦ। ਆਪਣਾ 3 ਨੰਬਰ 'ਤੇ ਹੈ ਮਸ਼ੀਨ ਦੇ ਵਿੱਚ ਬਟਨ, ਆਵਾਂਗੇ ਤਾਂ 1 ਨੰਬਰ 'ਤੇ, ਬਟਨ 3 ਨੰਬਰ 'ਤੇ ਹੈ, ਅਤੇ ਬਟਨ ਜਦੋਂ ਦੱਬੋਗੇ ਨਾ ਉਸ ਇੱਕ ਆਵਾਜ਼ ਆਊਗੀ, ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਊਗੀ, ਉਹ ਕੇਵਲ ਢਿੱਲੋਂ ਅਤੇ ਪਰਮਿੰਦਰ ਢੀਂਸਲਾ ਨੇ ਚੀਕਾਂ ਹੋਣੀਆਂ। ਸੋਨਹਾਰ।